ਨਰਮਲ ਸਿੰਘ ਮਾਂ ਦਾ ਨੋਵਲ ਭੂਤਾਂ ਵਾਲੀ ਹਵੇਲੀ ਦਾ ਅੰਧਰਵੰਗ ਸਾਗਰ ਨੂੰ ਹਵੇਲੀ ਆਏ ਨੂੰ ਡੇਢ ਸਾਲ ਤੋਂ ਉੱਪਰ ਹੋ ਗਿਆ ਸੀ ਇਸ ਡੇਢ ਸਾਲ 'ਚ ਉਹਨੇ ਕਈ ਚੱਕਰ ਘਰ ਦੇ ਮਾਰੇ ਸਨ ਪ੍ਰੇਮ ਭਾਵੇਂ ਇੱਕੋ ਵਾਰੀ ਪਿੰਡ ਗਿਆ ਉਹਨੇ 10ਵੀਂ ਸੈਕੰਡ ਡਿਵੀਜ਼ਨ ਲੈ ਕੇ ਚੰਗੇ ਨੰਬਰਾਂ 'ਚ ਪਾਸ ਕਰ ਲਈ ਸੀ ਹੁਣ ਉਹ ਇੱਕ ਮਸ਼ੀਨ ਉੱਤੇ ਕੰਮ ਕਰਨ ਲੱਗ ਪਿਆ ਸੀ ਉਹ ਵੱਧ ਚੜ ਕੇ ਕਾਰਖਾਨੇ ਦੀ ਯੂਨੀਅਨ ਛੇਸਾ ਲੈਂਦਾ ਜਦੋਂ ਵੀ ਉਸ ਕੋਲ ਤੇ ਪ੍ਰੇਮ ਕੋਲ ਵੇਲ ਹੁੰਦੀ ਤਾਂ ਉਹ ਵਿਚਾਰ ਵਟਾਂਦਰੇ 'ਚ ਜੁਟ ਜਾਂਦੇ ਤੇ ਕਈ ਕਈ ਘੰਟੇ ਪ੍ਰੇਮ ਉਹਨੂੰ ਦੁਨੀਆ ਬਾਰੇ ਵੱਖਰੇ ਵੱਖਰੇ ਦੇਸ਼ਾਂ ਦੇ ਰਾਜਨੀਤਿਕ ਢਾਂਚਿਆਂ ਬਾਰੇ ਦੱਸਦਾ ਰਹਿੰਦਾ। ਕਈ ਵਾਰੀ ਦੂਜੇ ਦੇਸ਼ਾਂ ਬਾਰੇ ਦੱਸਣ ਲਈ ਕੰਧ ਉੱਤੇ ਲਟਕਦੇ ਹੋਏ ਦੁਨੀਆ ਦੇ ਨਕਸ਼ੇ ਦੀ ਸਹਾਇਤਾ ਵੀ ਲੈਂਦਾ। ਜਿਨ੍ਹਾਂ ਦੇਸ਼ਾਂ 'ਚ ਮਜ਼ਦੂਰਾਂ ਨੇ ਸਰਮਾਇਦਾਰੀ ਦਾ ਝੂਲਾ ਲਾ ਕੇ ਆਪਣੀਆਂ ਸਰਕਾਰਾਂ ਬਣਾ ਲਈਆਂ ਸਨ, ਉਹਨਾਂ ਉੱਤੇ ਸਾਗਰ ਨੇ ਲਾਲ ਪੈਨਸਲ ਨਾਲ ਨਿਸ਼ਾਨ ਲਾਏ ਸਨ। ਜਦੋਂ ਵੀ ਉਹ ਕਿਸੇ ਦੇਸ਼ ਬਾਰੇ ਪੜ੍ਹਦਾ ਜਾਂ ਸੁਣਦਾ ਤਾਂ ਝਟਪਟ ਉਹ ਨਕਸ਼ੇ ਵੱਲ ਵੇਖ ਲੈਂਦਾ। ਉਹਨੋ ਦੇ ਦਿਲ 'ਚ ਕਿਸੇ ਕਿਸਮ ਦਾ ਭੁਲੇਖਾ ਨਹੀਂ ਰਿਹਾ ਸੀ ਉਹ ਆਪਣੇ ਆਪ ਨੂੰ ਮਜ਼ਦੂਰ ਜਮਾਤ ਦਾ ਇੱਕ ਟੁੱਟੂ ਟੰਗ ਸਮਝਣ ਲੱਗ ਪਿਆ ਤੇ ਹਰ ਪਲ ਮਜ਼ਦੂਰਾਂ ਦੇ ਹਿੱਤਾਂ ਲਈ ਲੜਨ ਨੂੰ ਤਿਆਰ ਰਹਿੰਦਾ ਜਦੋਂ ਕਦੇ ਵੀ ਉਹ ਰਾਮ ਤੀਰਥ ਹੋਰਾਂ ਨੂੰ ਮਿਲਦਾ ਤਾਂ ਝਟਪਟ ਉਹਨਾਂ ਨੂੰ ਕਿਸੇ ਨਾ ਕਿਸੇ ਬੈਸਟ ਘੜੀਸ ਲੈਂਦਾ ਜਿੱਥੇ ਪਹਿਲੇ ਉਹਨਾਂ ਦਾ ਮੁਕਾਬਲੇ ਉਹਨਾਂ ਦਾ ਮੁਕਾਬਲੇ ਆਪਣੇ ਆਪ ਨੂੰ ਘਟੀਆ ਤੇ ਅਨਪੜ੍ਹ ਸਮਝਦਾ ਸੀ ਹੁਣ ਛੇਤੀ ਉਹਨਾਂ ਨੂੰ ਬੈਸਟ ਠਿੱਠ ਕਰਕੇ ਬਿਠਾ ਦਿੰਦਾ ਜਿੱਥੇ ਅੱਗੇ ਲਗਭਗ 6 ਮਹੀਨੇ ਉਹ RAM Teerat ਹੋਰਾਂ ਨੂੰ ਮਿਲਣ ਨਹੀਂ ਸੀ ਗਿਆ ਹੁਣ ਮਹੀਨੇ ਚ ਇੱਕ ਅੱਧੀ ਵਾਰੀ ਉਹ ਜ਼ਰੂਰ ਚੱਕਰ ਮਾਰਦਾ ਤੇ ਆਪਣੀ ਨਵੀਂ ਤੋਂ ਨਵੀਂ ਪ੍ਰਾਪਤ ਕੀਤੀ ਜਾਣਕਾਰੀ ਨਾਲ ਉਹਨਾਂ ਨੂੰ ਹੈਰਾਨ ਕਰ ਦਿੰਦਾ ਕਈ ਵਾਰ ਤਾਂ RAM Teerat ਤੇ Rawal ਉਹਦੀ ਬਹਿਸ ਤੋਂ ਤੰਗ ਆ ਕੇ ਉਹਨੂੰ ਕਮਿਊਨਿਸਟ ਤੱਕ ਕਹਿ ਦਿੰਦੇ ਸਾਗਰ ਦੀ ਹਰ ਮਹੀਨੇ ਦੀ ਫੇਰੀ ਤੋਂ ਗੁਰਮੀਤ ਉਕਤਾ ਗਿਆ ਤੇ ਉਹਨੇ RAM Teerat ਤੇ Rawal ਦਾ ਸਾਥ ਛੱਡ ਕੇ ਇਕੱਲੇ ਕਮਰਾ ਲੈ ਲਿਆ ਇਸ ਜੋੜੇ ਨੇ ਕਾਫੀ ਯਤਨ ਕੀਤਾ ਕਿ ਉਹ ਵੀ ਇਹ ਕਮਰਾ ਛੱਡ ਕੇ ਗੁਰਮੀਤ ਕੋਲ ਚਲੇ ਜਾਣ ਪਰ ਉਹਨੇ ਇਹਨਾਂ ਨੂੰ ਕੋਲ ਰੱਖਣ ਤੋਂ ਸਾਫ਼ ਜਵਾਬ ਦੇ ਦਿੱਤਾ ਜਿਸ ਦੇ ਕਈ ਕਾਰਨ ਸਨ ਇੱਕ ਤਾਂ ਇਹ ਕਿ RAMTIRAT ਤੇ RAVAL ਦੋਵੇਂ 12ਵੀਂ ਤੋਂ ਫੇਲ ਹੋ ਗਏ ਸਨ ਤੇ ਗੁਰਮੀਤ ਪਾਸ ਹੋ ਗਿਆ ਸੀ ਦੂਜੇ ਗੁਰਮੀਤ ਰੋਜ਼ ਸ਼ਾਮ ਨੂੰ ਸੈਰ ਕਰਨੀ ਚਾਹੁੰਦਾ ਸੀ ਤੇ ਇਹ ਜੋੜਾ ਉਹਨੂੰ ਕੱਲਿਆਂ ਜਾਣ ਨਹੀਂ ਸੀ ਦਿੰਦਾ ਕੀਜਾ ਕਾਰਨ ਜ਼ੈਲਦਾਰ ਆਪ ਸੀ ਉਹ ਨਹੀਂ ਸੀ ਚਾਹੁੰਦਾ ਕਿ ਗੁਰਮੀਤ RAM ਤੀਰਥ ਵਰਗੇ ਲਫੰਗਿਆਂ ਨਾਲ ਰਹੇ ਜੋ ਨਾ ਪੜਨਾ ਚਾਹੁੰਦੇ ਸੀ ਤੇ ਨਾ ਹੀ ਗੁਰਮੀਤ ਨੂੰ ਪੜਨ ਦਿੰਦੇ ਸੀ ਇਸ ਜੋੜੇ ਨੇ ਇਮਤਿਹਾਨ ਭਾਵੇਂ ਦੁਬਾਰਾ ਦਿੱਤਾ ਹੋਇਆ ਸੀ ਪਰ ਪਾਸ ਹੋਣ ਦੀ ਆਸ ਦੋਹਾਂ ਨੂੰ ਨਹੀਂ ਸੀ ਸਾਗਰ ਇੱਕ ਵਾਰੀ ਹੱਸਦਾ ਉਹਨਾਂ ਨੂੰ ਕਹਿਣ ਲੱਗਾ ਓਏ ਇੱਕ ਸਾਲ ਹੋਰ ਫੇਲ ਹੋ ਲਓ ਅਗਲੇ ਸਾਲ ਇਕੱਠੇ 12ਵੀਂ ਪਾਸ ਕਰ ਲਾਂਗੇ ਨਾਲੇ ਤੁਹਾਡੀ ਪੜ੍ਹਾਈ ਪੱਕੀ ਹੋ ਜਾਏਗੀ ਉਸੇ ਮੂਡ 'ਚ RAM ਤੀਰਥ ਬੋਲੇ ਨਾ ਵੀ ਤੇਰੇ ਕਾਮਿਨਿਸਟ ਦਾ ਕੋਈ ਇਤਬਾਰ ਨਹੀਂ ਤੂੰ ਅਗਲੇ ਸਾਲ ਸਾਨੂੰ ਛੱਡ ਕੇ ਅੱਗੇ ਤੁਰ ਗਿਆ ਤਾਂ ਅਸੀਂ ਤੇਰਾ ਕੀ ਫੜ ਲੈਣਾ ਜਿੱਤੇ ਤਿੰਨੇ ਹੱਸ ਪਏ ਹੁਣ ਤੱਕ ਸਾਗਰ ਨੇ ਪ੍ਰੇਮ ਦੀਆਂ ਲਿਖੀਆਂ ਕਿਤਾਬਾਂ ਮਜ਼ਦੂਰ ਜਾਂ ਸਰਮਾਇਦਾਰੀ ਤੇ ਮਜ਼ਦੂਰ ਜਮਾਤ ਜੋ ਹੁਣ ਪ੍ਰੈਸ 'ਚ ਛਪ ਰਹੀ ਸੀ ਪੜ ਲਈਆਂ ਸਨ ਇਹਨਾਂ ਬਾਰੇ ਕਈ ਵਾਰ ਉਹ ਪ੍ਰੇਮ ਨਾਲ ਬਹਿਸ ਵੀ ਕਰ ਚੁੱਕਾ ਸੀ ਇਹਨਾਂ ਕਿਤਾਬਾਂ ਦੇ ਨਾਲ ਕੁਝ ਹੋਰ ਕਿਤਾਬਾਂ ਵੀ ਪੜੀਆਂ ਸਨ ਜੋ ਕਾਲ ਮਾਰਕਸ ਤੇ ਐਂਗਲਸ ਦੇ ਹੱਥ ਦੀਆਂ ਲਿਖੀਆਂ ਹੋਈਆਂ ਸਨ ਜਿਨ੍ਹਾਂ ਦਾ ਉਲੱਥਾ ਪੰਜਾਬੀ ਵਿੱਚ ਕੀਤਾ ਹੋਇਆ ਸੀ ਇਹ ਕਿਤਾਬਾਂ ਸਨ ਜਿਨ੍ਹਾਂ ਦੀ ਸਮਝਣ ਲਈ ਪ੍ਰੇਮ ਦੀ ਸਹਾਇਤਾ ਦੀ ਉਹਨੂੰ ਬਹੁਤ ਲੋੜ ਪਈ ਇਸ 20 ਮਹੀਨੇ ਦੇ ਥੋੜੇ ਜੇ ਸਮੇਂ ਨੇ ਸਾਗਰ ਦੇ ਜੀਵਨ 'ਚ ਇੱਕ ਇਨਕਲਾਬ ਲਿਆ ਦਿੱਤਾ ਸੀ ਉਹਨੂੰ ਹੁਣ ਅੱਗੇ ਵਾਂਗ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਨਾ ਆਉਂਦਾ ਸਗੋਂ ਹੱਸ ਪੈਂਦਾ ਹੁਣ ਉਹ ਪ੍ਰੇਮ ਦੀ ਕਈ ਹੋਈ ਗੱਲ ਛੱਟਪਟ ਸਵੀਕਾਰ ਨਹੀਂ ਸੀ ਕਰਦਾ ਸਗੋਂ ਉਹਨੂੰ ਕਈ ਤਰ੍ਹਾਂ ਦੇ ਸਵਾਲ ਪੁੱਛਦਾ ਉਹਦੀ ਕੀਤੀ ਹੋਈ ਵਿਆਖਿਆ ਦੀ ਚੰਗੀ ਪਰਚੋਲ ਕਰਦਾ ਉਹਦੇ ਦਿਲ 'ਚ ਪ੍ਰੇਮ ਲਈ ਸਤਕਾਰ ਅੱਗੇ ਨਾਲੋਂ ਬਹੁਤ ਵਧ ਗਿਆ ਸੀ ਪਹਿਲੋਂ ਪਹਿਲ ਜਦੋਂ ਉਹਨੇ ਪ੍ਰਵੀਨ ਨੂੰ ਦੇਖਿਆ ਤਾਂ ਉਹਦਾ ਗੁੰਦਵਾ ਉੱਚਾ ਲੰਮਾ ਸਰੀਰ ਉਹਨੂੰ ਬਹੁਤ ਚੰਗਾ ਲੱਗਾ ਸੀ ਪਰ ਹੁਣ ਉਹਦਾ ਧਿਆਨ ਕਦੇ ਉਹਦੇ ਸਰੀਰ ਵੱਲ ਨਹੀਂ ਸੀ ਜਾਂਦਾ ਇਹਦੇ ਉਲਟੋ ਪ੍ਰਵੀਨ ਨਾਲ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੁਨੀਆ ਦੇ ਪੱਧਰ ਤੇ ਡਿਸਕਸ ਕਰਕੇ ਖੁਸ਼ ਹੁੰਦਾ ਜਦੋਂ ਕਦੇ ਪ੍ਰਵੀਨ ਹਵੇਲੀ ਨਾ ਆਉਂਦੀ ਤਾਂ ਆਪਣਾ ਆਪ ਸਖਣਾ ਸਖਣਾ ਅਨੁਭਵ ਕਰਦਾ ਪਹਿਲੋਂ ਪਹਿਲ ਜਦੋਂ ਹਵੇਲੀ 'ਚ ਵੱਖ-ਵੱਖ ਸ਼ਹਿਰਾਂ ਤੋਂ ਆਏ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਹੋਈ ਸੀ ਤਾਂ ਸਾਗਰ ਨੂੰ જરા ਚੰਗੇ ਨਹੀਂ ਸੀ ਲੱਗੇ ਤੇ ਨਾ ਹੀ ਉਹਨਾਂ ਦੀ ਮੀਟਿੰਗ ਦੀ ਕੋਈ ਗੱਲ ਹੀ ਉਹਦੇ ਪੱਲੇ ਪੈਂਦੀ ਸੀ ਪਰ ਹੌਲੀ-ਹੌਲੀ ਹਰ ਇੱਕ ਮੀਟਿੰਗ 'ਚ ਉਹਨਾਂ ਦੇ ਵਿੱਚ ਬੈਠਣ ਲੱਗ ਪਿਆ ਸਾਰੇ ਆਗੂ ਆਪਣੇ-ਆਪਣੇ ਸ਼ਹਿਰੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਮੱਸਿਆਵਾਂ ਲੈ ਕੇ ਆਉਂਦੇ ਇੱਥੇ ਆ ਕੇ ਉਹਨਾਂ ਤੇ ਵਿਚਾਰ-ਵਟਾਂਦਰਾ ਕਰਦੇ ਪ੍ਰੇਮ ਭਾਵੇਂ ਕਿਸੇ ਵੀ ਯੂਨੀਅਨ ਦਾਗੂ ਨਹੀਂ ਸੀ ਪਰ ਸਾਰੇ ਉਹਦਾ ਸਤਕਾਰ ਇੱਕ ਗੁਰੂ ਵਾਂਗ ਕਰਦੇ ਆਪਣੇ ਆਪਣੇ ਸ਼ਹਿਰ ਲੈ ਜਾਣ ਲਈ ਉਹਨੂੰ ਸੱਦਾ ਪੱਤਰ ਦਿੰਦੇ ਰਹਿੰਦੇ ਪਿਛਲੇ 3 ਦਿਨਾਂ ਤੋਂ ਸਾਗਰ ਇੱਕ ਨਵੇਂ ਇੰਤਿਆਹਾਂ 'ਚ ਫਸ ਗਿਆ ਸੀ ਜਦੋਂ ਪ੍ਰਵੀਨ ਨੇ ਸ਼ਾਮ ਨੂੰ ਆ ਕੇ ਪ੍ਰੇਮ ਨੂੰ ਕਿਹਾ ਭਾਜੀ ਅੱਜ ਤੋਂ ਚੌਥੇ ਦਿਨ ਸਾਡੇ ਕਾਲਜ 'ਚ ਫੰਕਸ਼ਨ ਹੋਣ ਵਾਲਾ ਹੈ ਮੈਂ ਤੇ ਮੇਰੀਆਂ ਕੁਝ ਸਹੇਲੀਆਂ ਉਸ 'ਚ ਕੋਈ ਪ੍ਰੋਗਰਾਮ ਕਰਨਾ ਚਾਹੁੰਦੀਆਂ ਜੇ ਤੁਸੀਂ ਇੱਕ ਵਧੀਆ ਜਿਹਾ ਨਾਟਕ ਲਿਖ ਦਿਓ ਤਾਂ ਬਹੁਤ ਹੀ ਚੰਗਾ ਹੋਏਗਾ ਪ੍ਰੇਮ ਨੇ ਸਮੇਂ ਦੀ ਤੰਗੀ ਦਾ ਜ਼ਿਕਰ ਕੀਤਾ ਪਰ ਪ੍ਰਵੀਨ ਦੀ ਥੋੜੀ ਜਿਹੀ ਜ਼ਿੱਦ ਤੇ ਉਹ ਨਾਟਕ ਲਿਖ ਕੇ ਦੇਣ ਨੂੰ ਮੰਨ ਗਿਆ ਕੋਲ ਬੈਠੇ ਸਾਗਰ ਕੋਲ ਉਹ ਨਾ ਰਿਹਾ ਗਿਆ ਉਹਨੇ ਵੀ ਨਾਟਕ ਚ ਭਾਗ ਲੈਣ ਲਈ ਕਿਹਾ ਉਹਦੀ ਸਕੂਲ ਦੇ ਦਿਨਾਂ ਚ ਬੜੀ ਖਾਸ ਸੀ ਕਿ ਉਹ ਕਿਸੇ ਨਾ ਕਿਸੇ ਡਰਾਮੇ ਚ ਹਿੱਸਾ ਲਵੇ ਪਰ ਉਦੋਂ ਕਿਸੇ ਨੇ ਵੀ ਉਹਨੂੰ ਇਸ ਕੰਮ ਦਾ ਮੌਕਾ ਨਾ ਦਿੱਤਾ ਤੇ ਹੁਣ ਜਦੋਂ ਪ੍ਰਵੀਨ ਨੇ ਨਾਟਕ ਖੇਲਣ ਦਾ ਪ੍ਰੋਗਰਾਮ ਸਾਹਮਣੇ ਰੱਖਿਆ ਤੇ ਝਟਪਟ ਸਾਗਰ ਨੇ ਆਪਣੇ ਆਪ ਨੂੰ ਬਿਨਾਂ ਸੋਚੇ ਪੇਸ਼ ਕਰਤਾ ਪ੍ਰੇਮ ਨੂੰ ਇਹਦੀ ਬੜੀ ਖੁਸ਼ੀ ਹੋਈ ਤੇ ਉਹਨੇ ਵੀ ਸਾਗਰ ਨਾਲ ਪ੍ਰਣ ਕੀਤਾ ਕਿ ਉਹ ਜ਼ਰੂਰ ਉਸ ਲਈ ਵੀ ਆਪਣੇ ਨਾਟਕ 'ਚ ਥਾਂ ਰੱਖੇਗਾ ਫਿਰ ਕੀ ਸੀ ਪ੍ਰੇਮ ਨੇ ਉਸ ਰਾਤ ਨਾਟਕ ਲਿਖ ਦਿੱਤਾ ਜਿਸ ਚ ਮੁੱਖ ਕਿਰਦਾਰ ਹੀ ਸਾਗਰ ਦਾ ਬਣਾਤਾ ਇਹ ਸੋਚ ਕੇ ਕਿ ਸਾਗਰ ਨੂੰ ਉਂਜ ਤਾਂ ਜੀਵਨ 'ਚ ਸ਼ਾਇਦ ਕਾਲਜ ਜਾਣ ਦਾ ਮੌਕਾ ਨਾ ਮਿਲੇ ਇਸ ਬਹਾਨੇ ਉਹ ਆਪਣੇ ਆਪ ਨੂੰ ਕਾਲਜ ਦੇ ਵਿਦਿਆਰਥੀਆਂ 'ਚ ਗਿਣ ਸਕੇ ਪ੍ਰਵੀਨ ਸਾਗਰ ਨੂੰ ਕਾਲਜ ਲੈ ਜਾਣ 'ਚ ਖੁਸ਼ ਨਹੀਂ ਸੀ ਉਹਨੂੰ ਪਤਾ ਸੀ ਵੀ ਗੁਰਮੀਤ ਇਹਦਾ ਅਰਥ ਕੁਝ ਹੋਰ ਹੀ ਕੱਢੇਗਾ ਉਹਨਨੇ ਕੀ ਜੀ ਗੱਲ ਪਿੱਛੇ ਗੁਰਮੀਤ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ ਦੂਜੇ ਦਿਨ ਉਹਨੂੰ ਡਰ ਸੀ ਮਤੇ ਸਾਗਰ ਨੂੰ ਉਹਦੇ ਨਾਲ ਵੇਖ ਕੇ ਗੁਰਮੀਤ ਸਾਗਰ ਦੀ ਬੇਇੱਜ਼ਤੀ ਕਰਦੇ ਜੋ ਉਸ ਲਈ ਬਹੁਤ ਦੁਖਦਾਈ ਹੋਣੀ ਸੀ ਜਦੋਂ ਕਦੀ ਵੀ ਪ੍ਰਵੀਨ ਕੋਲ ਉਹ ਸਾਗਰ ਦੀ ਗੱਲ ਕਰਦਾ ਬੜੀ ਨਫ਼ਰਤ ਨਾਲ ਕਰਦਾ ਤੇ ਉਹਨੂੰ ਬੁਰਾ ਭਲਾ ਕਹਿੰਦਾ ਜਿਸ ਤੇ ਪ੍ਰਵੀਨ ਕੱਸੀ ਸਵਟਕੇ ਰਹਿ ਜਾਂਦੀ ਹੁਣ ਜਦੋਂ ਪ੍ਰੇਮਾਪ ਉਹਨੂੰ ਇਸ ਕੰਮ ਲਈ ਕਾਲਜ ਭੇਜਣ ਲਈ ਤਿਆਰ ਹੋ ਗਿਆ ਤਾਂ ਪ੍ਰਵੀਨ ਬਹੁਤਾ ੜਿੱਕਾ ਨਾ ਪਾ ਸਕੇ ਇੱਕ ਵਾਰੀ ਥੋੜਾ ਬਹਾਨਾ ਵੀ ਕੀਤਾ ਵੀ ਸ਼ਾਇਦ ਪ੍ਰੋਫੈਸਰ ਇੰਜ ਬਾਹਰੋਂ ਆਉਣ ਵਾਲੇ ਸાગਰ ਤੇ ਇਤਰਾਜ਼ ਕਰਨ ਤਾਂ ਗੋਪ੍ਰੇਮ ਨੇ ਇਹ ਕਹਿ ਕੇ ਗੱਲ ਸਾਫ਼ ਕਰਤੀ ਵੀ ਪ੍ਰੋਫੈਸਰ ਜਾਂ ਪ੍ਰਿੰਸੀਪਲ ਨੂੰ ਆਪ ਹੀ ਮਨਾ ਲਏਗਾ ਤੇ ਪ੍ਰਵੀਨ ਨੂੰ ਇਸ ਬਾਰੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਫਿਰ ਕੀ ਸੀ ਡਰਾਮੇ ਦੀ ਤਿਆਰੀ ਸ਼ੁਰੂ ਹੋ ਗਈ ਦੋ ਰਾਤਾਂ ਸਾਗਰ ਨੂੰ ਪ੍ਰਵੀਨ ਦੀ ਘਸੇਲੀ ਦੇ ਘਰ ਜਾਣਾ ਪਿਆ ਰਿਹਰਸਲ ਕਰਨ ਵਾਸਤੇ ਡਰਾਮੇ ਦਾ ਨਾਂ ਕੁਲੀ ਰੱਖਿਆ ਗਿਆ ਤੇ ਕੁਲੀ ਦਾ ਪਾਟ ਸਾਗਰ ਦੇ ਹਿੱਸੇ ਆਇਆ ਸਾਗਰ ਤੋਂ ਸਿਵਾਇ ਇਸ ਤਿੰਨ ਹੋਰ ਪਾਤਰ ਸੀ ਦੋ ਕੁੜੀਆਂ ਤੇ ਇੱਕ ਮੁੰਡਾ ਜਿਹਦਾ ਪਾਟ ਦੂਜੀ ਕੁੜੀ ਦੇ ਭਰਾ ਨੇ ਕਰਨਾ ਸੀ ਰਾਤ ਦੀ ਆਖਰੀ ਰਿਹਸਲ ਪ੍ਰੇਮ ਨੇ ਆਪ ਕਰਵਾ ਕੇ ਦੇਖੀ ਸੀ ਤੇ ਕਈ ਕਿਸਮ ਦੀਆਂ ਹਦਾਇਤਾਂ ਕੀਤੀਆਂ। ਨਾਟਕ 'ਚ ਦੋਹਾਂ ਕੁੜੀਆਂ ਦਾ ಪಾਟ ਤੇ ਸੁਭਾਅ ਬਿਲਕੁਲ ਪ੍ਰਵੀਨ ਤੇ ਪੱਪੀ ਦੇ ਸੁਭਾਅ ਨਾਲ ਮੇਲ ਖਾਂਦਾ ਸੀ। ਜਿੱਥੇ ਇੱਕ ਪ੍ਰਵੀਨ ਵਰਗੀ ਸਾਦਾ ਤੇ ਗੰਭੀਰ ਸੁਭਾਅ ਦੀ ਸੀ, ਉੱਥੇ ਦੂਜੀ ਬਿਲਕੁਲ ਮਾਡਰਨ ਤੇ ਸ਼ੱਕੀ। ਜੋ ਮੈਲੀ ਕੱਪੜਿਆਂ ਵਾਲੇ ਕੁਲੀ ਤੇ ਹਰ ਤਰ੍ਹਾਂ ਸ਼ੱਕ ਤੇ ਗੁੱਸਾ ਕਰਦੀ। ਜੇ ਕੁਲੀ ਜ਼ਿਆਦਾ ਪੈਸੇ ਮੰਗਦਾ ਤਾਂ ਕਹਿੰਦੀ ਇਹ ਜ਼ਰੂਰ ਚੋਰ ਹੋਏਗਾ। ਸਾਡਾ ਸਮਾਨ ਲੈ ਕੇ ਦੌੜ ਜਾਏਗਾ। ਇਸ ਨਾਟਕ ਵਿੱਚ ਮਾਡਰਨ ਕੁੜੀ ਦਾ ಪಾਟ ਪ੍ਰਵੀਨ ਦੇ ਹਿੱਸੇ ਆਇਆ ਕਿਉਂਕਿ ਉਹਦੀ ਸੇਲੀ ਇਹੋ ਜਿਹਾ ਪਾਰਟ ਆਪਣੇ ਭਰਾ ਦੇ ਹੁੰਦਿਆ ਨਹੀਂ ਸੀ ਕਰਨਾ ਚਾਹੁੰਦੇ ਨਾਟਕ ਦਾ ਪਲਾਟ ਕੁਝ ਇਸ ਤਰ੍ਹਾਂ ਸੀ ਕਿ ਦੋਵੇਂ ਕੁੜੀਆਂ ਸ਼ਾਮ ਦੀ ਗੱਡੀ ਕ ਪਿੰਡ ਦੇ ਸਟੇਸ਼ਨ ਤੇ ਉਤਰਦੀਆਂ ਪਿੰਡ ਸਟੇਸ਼ਨ ਤੋਂ ਕੋਈ 2 ਕਿਲੋਮੀਟਰ ਦੂਰ ਹੋਣ ਕਰਕੇ ਕੁੜੀਆਂ ਆਪਣਾ ਸੂਟਕੇਸ ਚੁੱਕਵਾਣ ਲਈ ਕੁਲੀ ਨੂੰ ਕਹਿੰਦੀਆਂ ਕੁਲੀ ਪਿੰਡ ਤੱਕ ਸੂਟਕੇਸ ਦੇ ਜਿੰਨੇ ਪੈਸੇ ਮੰਗਦਾ ਕੁੜੀਆਂ ਦੇਣੇ ਨਹੀਂ ਚਾਹੁੰਦੀਆਂ ਕੁਲੀ ਘਟਦਾ ਘਟਦਾ ਅੱਧਿਆਂ ਪੈਸਿਆਂ ਤੇ ਆ ਜਾਂਦਾ ਹੈ ਮਾਡਰਨ ਕੁੜੀ ਸ਼ੱਕ ਨਜ਼ਰ ਨਾਲ ਕੁਲੀਵਾਲ ਵੇਖਦੀ ਹੈ ਤੇ ਆਪਣੀ ਸਹੇਲੀ ਨੂੰ ਇਸ ਗੱਲ ਤੇ ਮਨਾ ਲੈਂਦੀ ਹੈ ਕਿ ਆਪਾਂ ਕੁਲੀ ਨੂੰ ਨਹੀਂ ਲੈ ਕੇ ਜਾਣਾ ਕਿਉਂਕਿ ਇਹੋ ਜਿਹੇ ਚੋਰ ਚੱਕੇ ਹੁੰਦੇ ਆ ਉਹ ਕੁਲੀ ਨੂੰ ਬੁਰਾ ਭਲਾ ਕਹਿ ਕੇ ਤੋੜ ਦਿੰਦੀ ਐ ਇਹਨੇ ਨੂੰ ਇੱਕ ਅਪ ਟੂ ਡੇਟ ਗੱਭਰੂ ਜੋ ਥੋੜੀ ਵਿੱਥ ਤੇ ਖੜਾ ਹੈ ਸਭ ਕੁਝ ਵੇਖਦਾ ਰਹਿੰਦਾ ਹੈ ਕੁੜੀਆਂ ਕੋਲ ਆ ਜਾਂਦਾ ਆਪਣੀ ਸੇਵਾ ਪੇਸ਼ ਕਰਦਾ ਹੋਇਆ ਕਹਿੰਦਾ ਵੀ ਉਹ ਵੀ ਉਸ ਪਿੰਡ ਹੀ ਜਾ ਰਿਹਾ ਹੈ ਤੇ ਉਹ ਸੂਟਕੇਸ ਉਸ ਪਿੰਡ ਤੱਕ ਲੈ ਚਲੇਗਾ ਇਸ ਤੇ ਮਾਡਰਨ ਕੁੜੀ ਖੁਸ਼ ਹੋ ਜਾਂਦੀ ਹੈ ਦੂਜੀ ਕੁ ਝਿਜਕਦੀ ਹੈ ਪਰ ਉਹ ਜਲਦੀ ਉਹਦੇ ਸੂਟ ਬੂਟ ਵੱਲ ਵੇਖ ਕੇ ਉਹਨੂੰ ਸੂਟ ਕੇਸ ਫੜਾ ਦਿੰਦੀ ਹੈ ਧੰਨਵਾਦ ਸਹਿਤ ਉਹਦੇ ਨਾਲ ਤੁਰ ਪੈਂਦੀ ਹੈ ਉਹਨਾਂ ਦੋਹਾਂ ਦੇ ਜਾਣ ਪਿੱਛੋਂ ਕੁਲੀ ਕੋਈ ਸਵਾਰੀ ਨਾ ਮਿਲਣ ਤੇ ਪਿੰਡ ਨੂੰ ਤੁਰ ਪੈਂਦਾ ਕੁਲੀ ਹਲਾ ਸਟੇਸ਼ਨ ਤੋਂ ਥੋੜੀ ਦੂਰੀ ਗਿਆ ਸੀ ਵੀ ਉਹਦੇ ਕੰਨਾਂ 'ਚ ਕਿਸੇ ਦੇ ਚੀਕ ਮਾਰਨ ਦੀ ਆਵਾਜ਼ ਆਈ ਉਹਨੂੰ ਸਮਝਣ 'ਚ ਬਹੁਤੀ ਧੀਰ ਨ ਲੱਗੀ ਵੀ ਇਹ ਚੀਕ ਉਹਨਾਂ ਕੁੜੀਆਂ 'ਚੋਂ ਇੱਕ ਦੀ ਹੈ ਜੋ ਉਹਦੇ ਅੱਗੇ-ਅੱਗੇ ਜਾ ਰਹੀਆਂ ਸੀ ਉਹ ਦੌੜ ਕੇ ਅੱਗੇ ਵਧੀਆ ਜਦੋਂ ਉਹਨੇ ਕੋਲ ਜਾ ਕੇ ਦੇਖਿਆ ਵੀ ਉਸ ਅਪ ਟੂ ਡੇਟ ਗੱਭਰੂ ਨੇ ਮਾਡਰਨ ਕੁੜੀ ਦਾ ਇੱਕ ਹੱਥ ਨਾਲ ਮੂੰਹ ਘੁੱਟਿਆ ਹੋਇਆ ਸੀ ਤੇ ਦੂਜੇ ਹੱਥ ਵਿੱਚ ਉਹਨੇ ਇੱਕ ਗਿੱਠ ਲੰਮਾ ਚਾਕੂ ਫੜਿਆ ਹੋਇਆ ਸੀ ਜੋ ਉਹਨੇ ਕੁੜੀ ਦੀ ਛਾਤੀ ਵੱਲ ਸਿੱਧਾ ਕੀਤਾ ਸੀ ਦੂਜੀ ਆਪਣੇ ਕੰਬਦੇ ਹੱਥਾਂ ਨਾਲ ਆਪਣੇ ਹੱਥ ਦੀ ਉਂਗਲ 'ਚੋਂ ਸੋਨੇ ਦੀ ਮੰਦਰੀ ਉਤਾਰ ਰਹੀ ਸੀ ਸੂਟਕੇਸ ਲਾਗੇ ਖੁੱਲਾ ਪਿਆ ਸੀ ਕੁਲੀ ਨੂੰ ਇਹ ਸਮਝਣ 'ਚ ਬਹੁਤੀ ਧੀਰ ਨਾ ਲੱਗੀ ਉਹਨੇ ਜਾਂਦੇ ਗੱਭਰੂ ਨੂੰ ਲਲਕਾਰਿਆ ਜਦੋਂ ਗੱਭਰੂ ਨੇ ਉਸ ਵੱਲ ਦੇਖਿਆ ਤਾਂ ਉਹਦੀਆਂ ਅੱਖਾਂ 'ਚ ਖੂਨ ਉਤਰ ਆਇਆ ਉਨੇ ਉਹਨੂੰ ਇੰਨੀ ਜ਼ੋਰ ਦੀ ਧੱਕਾ ਦਿੱਤਾ ਕਿ ਉਹ ਲੜਖੜਾਉਂਦੀ ਹੋਈ ਖੁੱਲੇ ਸੂਟਕੇਸ ਤੇ ਡਿੱਗੀ ਤੇ ਆਪ ਕੁਲੀ ਵੱਲ ਵਧਿਆ ਚਾਕੂ ਦਾ ਇੱਕ ਵਾਰ ਉਹਨੇ ਕੁਲੀ ਤੇ ਕੀਤਾ ਪਰ ਬੜੀ ਹੁਸ਼ਿਆਰੀ ਨਾਲ ਬਚ ਗਿਆ ਉਸੇ ਪਲ ਕੁਲੀ ਨੇ ਇੰਨੇ ਜ਼ੋਰ ਦੀ ਕਸੁੰਨ ਗੱਭਰੂ ਦੇ ਢਿੱਡ 'ਚ ਮਾਰਿਆ ਉਹ ਦੂਰਾ ਹੋ ਗਿਆ ਚਾਕੂ ਉਹਦੇ ਹੱਥੋਂ ਡਿੱਗ ਪਿਆ ਉਹ ਚਾਕੂ ਚੁੱਕਣ ਲਈ ਅੱਗੇ ਵਧਿਆ ਹੀ ਸੀ ਕਿ ਕੁਲੀ ਨੇ ਲੱਤ ਨਾਲ ਇੱਕ ਹੋਰ ਵਾਰ ਕੀਤਾ ਲੱਤ ਲੱਗਦੀ ਗੱਭਰੂ ਜ਼ਮੀਨ ਤੇ ਢੇਰੀ ਹੋ ਗਿਆ ਚਾਕੂ ਚੁੱਕਣ ਦੀ ਗਰਜ ਨਾਲ ਕੁਲੀ ਫੇਰ ਅੱਗੇ ਵਧਿਆ ਤਾਂ ਜ਼ਮੀਨ ਤੇ ਪਏ ਗੱਭਰੂ ਨੇ ਮਿੱਟੀ ਦੀ ਮੁੱਠ ਭਰ ਕੇ ਕੁਲੀ ਦੀਆਂ ਅੱਖਾਂ 'ਚ ਦੇ ਮਾਰੀ। ਕੁਲੀ ਦਾ ਸਿਰ ਚੱਕਰ ਆ ਗਿਆ ਔੱਖਾਂ ਮਲਣ ਲੱਗਾ। ਗੱਭਰੂ ਨੇ ਮੌਕੇ ਦਾ ਫਾਇਦਾ ਉਠਾਏ ਚਾਕੂ ਚੁੱਕ ਲਿਆ ਤੇ ਪਿੱਛੋਂ ਕੁਲੀ ਤੇ ਵਾਰ ਕੀਤਾ। ਚਾਕੂ ਭਾਵੇਂ ਕੁਲੀ ਦੀ ਵੱਖੀ 'ਚ ਮਾਰਿਆ ਸੀ ਪਰ ਕੁਲੀ ਦੀ ਬਾਹ ਅੱਗੇ ਆ ਗਈ ਤੇ ਉਹਨੇ ਬਾਹ ਨੂੰ ਚੀਰ ਕੇ ਚਾਕੂ ਆਰ ਪਰ ਲੰਘ ਗਿਆ। ਕੁਲੀ ਜਿਹਨੂੰ ਹਾਲਾਂਕਿ ਤੱਕ ਕੁਝ ਨਜ਼ਰ ਨਹੀਂ ਸੀ ਆ ਰਿਹਾ ਜ਼ਮੀਨ ਤੇ ਢੇਰੀ ਹੋ ਗਿਆ। ਉਹਦੇ ਡਿੱਗਣ ਦੀ ਧੀਰ ਸੀ ਕਿ ਗੱਭਰੂ ਉੱਥੋਂ ਭੱਜ ਗਿਆ। ਸੈਮੀਆਂ ਹੋਈਆਂ ਕੁੜੀਆਂ ਜੋ ਹਾਲਾਂ ਤੱਕ ਵੀ ਰੋ ਰਹੀਆਂ ਸੀ ਗਬਰੂ ਦੇ ਦੌੜ ਜਾਣ ਪਿੱਛੇ ਕੁਲੀ-ਕੁਲ ਪੁੱਜੀਆਂ ਮਾਡਰਨ ਕੁੜੀ ਨੇ ਕੁਲੀ ਕੋਲ ਬੈਠ ਕੇ ਉਹਦਾ ਸਿਰ ਚੁੱਕਿਆ ਆਪਣੇ ਪੱਟ ਤੇ ਰੱਖ ਲਿਆ ਚੁੰਨੀ ਦੇ ਲੱਡ ਨਾਲ ਉਹਦਾ ਮੂੰਹ ਸਾਫ਼ ਕਰਨ ਲੱਗੀ ਦੂਜੀ ਕੁੜੀ ਝਟਪਟ ਆਪਣੀ ਚੁੰਨੀ ਲਾ ਕੇ ਉਹਦੇ ਵਹਿੰਦੇ ਹੋਏ ਜ਼ਖਮ ਨੂੰ ਬੰਨਣ ਲੱਗੀ ਕੰਬ ਦੀ ਆਵਾਜ਼ ਚ ਕਹਿਣ ਲੱਗੀ ਇਹ ਸਭ ਤੇਰਾ ਕਸੂਰ ਏ ਜੋ ਪਹਿਲਾਂ ਹੀ ਮੇਰੀ ਗੱਲ ਮੰਨ ਲੈਂਦੀ ਤੇ ਇਹ ਕੁਝ ਨਾ ਹੁੰਦਾ ਜੇ ਮੈਲੇ ਕੱਪੜਿਆਂ ਵਾਲਾ ਚੋਰੋ ਚੱਕਾ ਨਾ ਹੁੰਦਾ ਤਾਂ ਪਤਾ ਨਹੀਂ ਅੱਜ ਕੀ ਹੋ ਜਾਣਾ ਸੀ ਪਲੀਜ਼ ਹੁਣ ਬੱਸ ਕਰ ਮੈਂ ਕੋਈ ਘੱਟ ਸ਼ਰਮਿੰਦੀ ਤਾਂ ਨਹੀਂ ਦੌੜ ਕੇ ਪਿੰਡ ਜਾ ਆਪਣੇ ਘਰਦਿਆਂ ਨੂੰ ਪਤਾ ਦੇ ਤਾਂ ਜੋ ਇਹਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਜਾਵੇ ਤੂੰ ਦੇਖਦੀ ਨਹੀਂ ਖੂਨ ਕਿ ਨਵ ਅਗਦਾ ਪਿਆ ਜੇ ਇਹਨੂੰ ਕੁਝ ਹੋ ਗਿਆ ਤਾਂ ਸਾਰੀ ਉਮਰ ਮੈਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਦੀ ਫੰਕਸ਼ਨ ਦਾ ਸਮਾਂ ਆ ਗਿਆ ਸਾਗਰ ਵੀ ਮਿੱਥੇ ਹੋਏ ਸਮੇਂ ਅਨੁਸਾਰ ਕਾਲਜ ਪਹੁੰਚ ਗਿਆ ਸਟੇਜ ਦੇ ਪਿਛਲੇ ਪਾਸੇ ਨਿਯਤ ਕੀਤੇ ਗਏ ਕਮਰੇ 'ਚ ਸਾਗਰ ਜਾ ਵੜਿਆ ਪ੍ਰਵੀਨ ਉੱਥੇ ਹੈ ਨਹੀਂ ਸੀ ਕੁਝ ਹੋਰ ਵਿਦਿਆਰਥੀ ਸਨ ਜੋ ਆਪਣੇ ਆਪਣੇ ਕੰਮ 'ਚ ਲੱਗੇ ਸਨ ਕੋਈ ਆਪਣੀ ਕਵਿਤਾ ਨੂੰ ਬਾਰ-ਬਾਰ ਪੜ੍ਹ ਰਿਹਾ ਸੀ ਕੋਈ ਸਪੀਚ ਦੀ ਤਿਆਰੀ ਕਰ ਰਿਹਾ ਸੀ ਪੰਜ-ਛੇ ਕੁੜੀਆਂ ਪਿੰਡੂ ਕੱਪੜਿਆਂ ਚ ਗਿੱਧੇ ਦੀ ਤਿਆਰੀ ਚ ਜੁਟੀਆਂ ਸਨ ਸਾਗਰ ਦਾ ਦਿਲ ਤੇਜ਼ ਧੜਕ ਰਿਹਾ ਸੀ ਉਹਨੂੰ ਇੱਥੇ ਜਾਣਨ ਵਾਲਾ ਵੀ ਕੋਈ ਤਾਂ ਹੈ ਨਹੀਂ ਸੀ ਉਹ ਬਿਟ-ਬਿਟ ਦੂਜੇ ਵਿਦਿਆਰਥੀਆਂ ਵੱਲ ਵੇਖਦਾ ਇੱਕ ਕੁਰਸੀ ਤੇ ਬੈਠ ਗਿਆ ਉਹਨੂੰ ਪ੍ਰਵੀਨ ਦੀ ਯਾਦ ਆਈ ਤੇ ਸੋਚਣ ਲੱਗਾ ਪ੍ਰਵੀਨ ਹੁਣ ਤੱਕ ਕਿਉਂ ਨਹੀਂ ਆਈ ਉਹਨੂੰ ਇਹ ਤਾਂ ਪਤਾ ਹੀ ਸੀ ਵੀ ਉਹ ਤੋਂ ਬਿਨਾਂ ਮੈਨੂੰ ਇੱਥੇ ਕੋਈ ਨਹੀਂ ਜਾਣਦਾ ਉਹਨੂੰ ਪ੍ਰਵੀਨ ਦੀ ਇਹ ਸੰਗਹਿਲੀ ਤੇ ਜ਼ਰਾਕ ਗੁੱਸਾ ਆਉਣ ਲੱਗਾ ਇੰਨੇ ਨੂੰ ਉਹਦੇ ਡਰਾਮੇ ਦੇ ਦੂਜੀ ਪਾਤਰ કુડી પ્રોફેસર ਨੂੰ ਨਾਲ ਲੈ ਕੇ ਅੰਦਰ ਆਈ ਜੋ ਸਾਗਰ ਨੂੰ ਕਮਰੇ ਚ ਦੇਖ ਕੇ ਸਿੱਧੀ ਉਸ ਕੋਲ ਪੁੱਜ ਗਈ ਮੁਸਕਰਾ ਕੇ ਪ੍ਰੋਫੈਸਰ ਨੂੰ ਕਹਿਣ ਲੱਗੇ ਪ੍ਰੋਫੈਸਰ ਸਾਹਿਬ ਇਹ ਹਨ ਸਾਡੇ ਨਾਟਕ ਦੇ ਹੀਰੋ ਸਾਗਰ ਜੀ ਫਿਰ ਸਾਗਰ ਵੱਲ ਮੁંਹ ਕਰਕੇ ਇਹ ਹਨ ਸਾਡੇ ਪ੍ਰੋਫੈਸਰ ਮਥਰਾ ਜੀ ਫੰਕਸ਼ਨ ਦੇ ਇੰਚਾਰਜ ਪ੍ਰੋਫੈਸਰ ਨੇ ਬੜੇ ਉਤਸ਼ਾਹ ਨਾਲ ਹੱਥ ਮਲਾਇਆ ਸਾਗਰ ਨੂੰ ਦੱਸਿਆ ਕਿ ਉਹਨੂੰ ਮਿਲ ਕੇ ਉਹਨੂੰ ਬਹੁਤ ਖੁਸ਼ੀ ਹੋਈ ਹੈ ਪ੍ਰੇਮ ਸਿੰਘ ਦਾ ਕੱਲ ਹੀ ਮੈਨੂੰ ਟੈਲੀਫੋਨ ਆਇਆ ਸੀ ਤੇ ਉਹਨਾਂ ਤੁਹਾਡੇ ਬਾਰੇ ਦੱਸਿਆ ਸੀ ਉਹ ਤਾਂ ਸਾਡੇ ਗੁਰੂ ਹਨ ਉਹਨਾਂ ਦੀ ਗੱਲ ਅਸੀਂ ਕਿਵੇਂ ਟਾਲ ਸਕਦੇ ਆ ਤੁਸੀਂ ਸਾਗਰ ਸਾਹਿਬ ਕੋਈ ਫਿਕਰ ਨਾ ਕਰੋ ਆਪਣੇ ਆਪ ਨੂੰ ਕਾਲਜ ਦੇ ਵਿਦਿਆਰਥੀ ਹੀ ਸਮਝੋ ਕਿਸੇ ਚੀਜ਼ ਦੀ ਲੋੜ ਹੋਵੇ ਤਾਂ 소ਮਾ ਜੀ ਮੈਨੂੰ ਦੱਸਣਾ ਪ੍ਰਵੀਨ ਹਾਲਾ ਤੱਕ ਨਹੀਂ ਆਈ ਆਈ ਹੋਈ ਏ ਉਹ ਜ਼ਰਾ ਆਪਣੇ ਉਹ ਜੀ ਨਾਲ ਉਹ ਜੀ ਨਾਲ ਬਾਹਰ ਗੱਲਾਂ ਕਰ ਰਹੀ ਏ 소ਮਾ ਨੇ ਕਿਹਾ ਪ੍ਰੋਫੈਸਰ ਸਮਝ ਗਿਆ ਵੀ ਇਹ ਜ਼ਰੂਰ ਗੁਰਮੀਤ ਨਾਲ ਹੀ ਗੱਲ ਕਰ ਰਹੀ ਹੋਏਗੀ ਕਾਲਜ 'ਚ ਉਹਨਾਂ ਦੇ ਰਿਸ਼ਤੇ ਨੂੰ ਕੌਣ ਨਹੀਂ ਸੀ ਜਾਣਦਾ ਪਰ ਸਾਗਰ ਦੇ ਕੁਝ ਪੱਲੇ ਨਾ ਪਿਆ ਪ੍ਰੋਫੈਸਰ ਉਹਨਾਂ ਦੋਵਾਂ ਨੂੰ ਉੱਥੇ ਛੱਡ ਕੇ ਬਾਹਰ ਚਲਾ ਗਿਆ ਸાગਰ ਜੀ ਚਾਹ ਪੀਓਗੇ 소마 ਨੇ ਪ੍ਰੋਫੈਸਰ ਦੇ ਜਾਨ ਪਿੱਛੋਂ ਸਾਗਰ ਵੱਲ ਮੁਹ ਕਰਕੇ ਕਿਹਾ ਜੀ ਨਹੀਂ ਮੈਂ ਰੋਟੀ ਖਾ ਕੇ ਹੀ ਆਇਆ ਖਾਲੇ ਇਹ ਕਾਲਜ ਇੱਥੇ ਕੁੜੀਆਂ ਵਾਂਗ ਸੰਗੜ ਨਾਲ ਕੰਮ ਨਹੀਂ ਚੱਲੇਗਾ ਦੋਸਤਾਂ ਮੁਕਲਾਵੇ ਆਈ ਬੋਟੀ ਵਾਂਗ ਚੁੱਪਚਾਪ ਬੈਠੇ ਆਓ ਆਪਾਂ ਕੋਲ ਹਾਲਾਂਕਿ ਕਾਫੀ ਟਾਈਮ ਹੈ ਇੱਕ ਇੱਕ ਕੱਪ ਚਾਹ ਦਾ ਹੋ ਜਾਏ 소마 ਬੜੀ ਹਸਮੁਖ ਸੁਭਾਅ ਦੀ ਕੁੜੀ ਹੋਣ ਕਰਕੇ ਬੜੀ ਪਿਆਰੀ ਲੱਗਦੀ ਸੀ ਸਾਗਰ ਨਾਲ ਜਾਣ ਪਛਾਣ ਹੋਈ ਨੂੰ ਭਾਵੇਂ ਹਲੇ 2-3 ਦਿਨ ਨਹੀਂ ਹੋਏ ਸੀ ਪਰ ਉਹ ਸਾਗਰ ਨਾਲ ਇੰਜ ਕੁਲ ਮਿਲ ਗਈ ਜਿਵੇਂ ਕਈਆਂ ਸਾਲਾਂ ਤੋਂ ਜਾਣਦੀ ਹੋਵੇ ਸਾਗਰ ਹੋਰ ਅੜਿੱਕਾ ਨਾ ਪਾ ਸਕਿਆ ਤੇ ਸੋਮਾ ਦੇ ਪਿੱਛੇ-ਪਿੱਛੇ ਧੁਰ ਪਿਆ ਇਹ ਸੋਮਾ ਦੀ ਬੱਚੀ ਸਾਨੂੰ ਚਾ ਨਹੀਂ ਬੁਲਾਏਗੀ ਅੱਜ ਗਿੱਧੇ ਦੀ ਤਿਆਰੀ ਕਰ ਰਹੀਆਂ ਕੁੜੀਆਂ ਚੋਂ ਇੱਕ ਨੇ ਜਾਂਦੀ ਸੋਮਾ ਵੱਲ ਵੇਖ ਕੇ ਬੁੱਲਾਂ 'ਚ ਹੱਸਦੀ ਨਹੀਂ ਗਿਆ ਆਹ ਮੂੰਹ ਤੇ ਮਸਰਾਂ ਦੀ ਦਾਲ ਸਵੇਰੇ ਸਵੇਰੇ ਬੁੱਥੀ ਦੇਖੀ ਸੀ ਆਪਣੇ ਸ਼ੀਸ਼ੇ 'ਚ ਸੋਮਾ ਨੇ ਕੁੜੀਆਂ ਵੱਲ ਮੂੰਹ ਕਰਕੇ ਹਾਸੇ ਦੀ ਗੱਲ ਟਿਕਾਤੀ ਦਿਲ ਤੇ ਹੱਥ ਰੱਖ ਕੇ ਉਹ ਹੋ ਉਹ ਹੀ ਕੁੜੀ ਫੇਰ ਅੱਖ ਦਬ ਕੇ ਬਲੀ ਹਾਏ ਕਿਤੇ ਰੱਬ ਨੇ ਸਾਨੂੰ ਵੀ ਮੁੰਡਾ ਬਣਾਇਆ ਹੰਦਾ ਚੰਗਾ ਹੋਇਆ ਨਹੀਂ ਬਣਾਇਆ ਨਹੀਂ ਤਾਂ ਸਾਰੀ ਉਮਰ ਕੁਆਰੀਆਂ ਕੱਟਣੀ ਪੈਣੀ ਸੀ ਸੋ ਮੈਂ ਇਹ ਕਹਿ ਕੇ ਹੱਸਦੀ ਹੋਈ ਬਾਹਰ ਨਿਕਲ ਗਈ ਦੂਜੀਆਂ ਕੁੜੀਆਂ ਵੀ ਹੱਸ ਪਈਆਂ ਸਾਗਰ ਜੋ ਇਹੋ ਜੇ ਮਾਹੌਲ 'ਚ ਬਿਲਕੁਲ ਨਵਾਂ ਸੀ ਸੋਚਣ ਲੱਗਾ ਕਿੰਨਾ ਚੰਗਾ ਵਾਤਾਵਰਨ ਹੈ ਕਾਲਜ ਦਾ ਕੋਈ ਝਿਜਕ ਨਹੀਂ ਕੋਈ ਸੰਗ ਨਹੀਂ ਕੋਈ ਮੈਲ ਨਹੀਂ ਕੁੜੀਆਂ ਦੀ ਗੱਲਬਾਤ ਕਿਸੇ ਤਰ੍ਹਾਂ ਦੀ ਚੋਰੀ ਜਾਇਰਖਾਨੀ ਕੋਈ ਬਨਾਵਟ ਨਹੀਂ ਕਿੰਨਾ ਚੰਗਾ ਹੁੰਦਾ ਜੇ ਉਹ ਵੀ ਕਾਲਜ ਚ ਦਾਖਲ ਹੋ ਕੇ ਪੜ ਸਕਦਾ ਇਹੋ ਜਿਹਾ ਮਾਹੌਲ 'ਚ ਆਦਮੀ ਕਿੰਨਾ ਖੁਸ਼ ਰਹਿ ਸਕਦਾ ਹੈ ਕਿੰਨਾ ਕੁਝ ਸਿੱਖ ਸਕਦਾ ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਕਾਲਜ 'ਚ ਜਿੱਥੇ ਆਦਮੀ ਬਹੁਤ ਕੁਝ ਸਿੱਖ ਸਕਦਾ ਹੈ ਉੱਥੇ ਬਹੁਤ ਕੁਝ ਗਵਾ ਵੀ ਸਕਦਾ ਜਿਸ ਆਦਮੀ ਨੂੰ ਸਿੱਖਣ ਦੀ ਤਾਂਗ ਹੋਵੇ ਉਹ ਹੀ ਕਾਲਜ 'ਚ ਸਿੱਖ ਸਕਦਾ ਹੈ ਦੂਜਾ ਨਹੀਂ ਸੋਮਾ ਤੇ ਸਾਗਰ ਕੈਂਟੀਨ 'ਚ ਚਲੇ ਗਏ ਤੇ ਸੋਮਾ ਨੇ ਚਾਹ ਦੀਆਂ ਦੋ ਪਿਆਲੀਆਂ ਲੈ ਲਈਆਂ ਸਾਗਰ ਨੇ ਚਾਹ ਦੇ ਪੈਸੇ ਦੇਣ ਦਾ ਯਤਨ ਕੀਤਾ ਸੋਮਾ ਨੇ ਰੋਕ ਦਿੱਤਾ ਕਿ ਨਹੀਂ ਸਾਹਿਬ ਤੁਸੀਂ ਤਾਂ ਸਾਡੇ ਮਹਿਮਾਨ ਹੋ ਜਦੋਂ ਮੈਂ ਤੁਹਾਡੇ ਕੋਲ ਆਵਾਂਗੀ ਤਾਂ ਤੁਸੀਂ ਖਰਚ ਕਰ ਲਿਓ ਅੱਜ ਨਹੀਂ ਜੇ ਪ੍ਰਵੀਰ ਨੂੰ ਪਤਾ ਲੱਗ ਗਿਆ ਮੈਂ ਚਾਹ ਤੁਹਾਡੀ ਜੇਬ ਚੋਂ ਪੀਤੀ ਹੈ ਤਾਂ ਜਿਉਣਾ ਹਰਾਮ ਕਰ ਦੇਗੀ ਮੇਰਾ ਸੋਮਾ ਉਸੇ ਤਰ੍ਹਾਂ ਹਸਦੀ ਹੋਈ ਇੱਕ ਖਾਲੀ ਕੁਰਸੀ ਤੇ ਬੈਠ ਗਈ ਸਾਗਰ ਨੂੰ ਵੀ ਦੂਜੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਸાગਰ ਭਾਵੇਂ ਪ੍ਰਵੀਨ ਨਾਲ ਗੱਲਾਂ ਕਰਨੋਂ ਕਦੇ ਨਹੀਂ ਸੀ ਝਿਜਕਦਾ ਪਰ ਸੋਮਾ ਤਾਂ ਇੰਨੀ ਤੇਜ਼ ਤਰਾਰ ਤੇ ਹਾਜ਼ਰ ਜਵਾਬ ਸੀ ਕਿ ਸਾਗਰ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਹੜੀ ਗੱਲ ਦਾ ਕੀ ਉੱਤਰ ਦੇਵੇ ਉਹ ਹਾਂ ਕਰਨ ਤੋਂ ਸਿਵਾ ਹੋਰ ਕੁਝ ਨਾ ਕਹਿ ਸਕਿਆ ਚਾਹ ਕਾਫੀ ਗਰਮ ਸੀ ਤੇ ਕੱਪ ਵਿੱਚੋਂ ਉੱਠਦੀ ਭਾਫ਼ ਨੂੰ ਸਾਗਰ ਦੇਖਣ ਲੱਗਾ ਉਹਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਅੱਖ ਚੁੱਕ ਕੇ ਸੋਮਾ ਵੱਲ ਵੇਖੇ ਤੁਹਾਨੂੰ ਭੂਤਾਂ ਦੀ ਹਵੇਲੀ ਚੋਂ ਡਰ ਨਹੀਂ ਆਉਂਦਾ ਸੋਮਾ ਨੇ ਤਤੀ ਤਤੀ ਚਾਹ ਦਾ ਘੁੱਟ ਭਰ ਕੇ ਚੁੱਪ ਤੋੜਦਿਆਂ ਕਿਹਾ ਪਹਿਲਾਂ ਪਹਿਲ ਤਾਂ ਬਹੁਤ ਹੁੰਦਾ ਸੀ ਹੁਣ ਨਹੀਂ ਹੁੰਦਾ ਨਾਲੇ ਮੈਂ ਕਿਹੜਾ ਇਕੱਲਾ ਉੱਥੇ ਰਹਿਣਾ ਪ੍ਰੇਮ ਭਾਜੀ ਵੀ ਮੇਰੇ ਨਾਲ ਰਹਿੰਦੇ ਆ ਸਾਗਰ ਨੇ ਜ਼ਰਾ ਕੁ ਮੂੰਹ ਉੱਪਰ ਚੁੱਕਦੇ ਆ ਭਾਜੀ ਪ੍ਰੇਮ ਦੀ ਕੀ ਗੱਲ ਐ ਸ਼ਹਿਰ ਦੇ ਲੋਕੀ ਤਾਂ ਕਹਿੰਦੇ ਐ ਉਹਨਾਂ ਭੂਤਾਂ ਨੂੰ ਵਸ ਕੀਤਾ ਹੋਇਆ ਕਦੇ ਕਦੇ ਉਹ ਭੂਤਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਾਂ ਵੀ ਕਰ ਲੈਂਦੇ ਐ ਸੱਚ ਪੁੱਛੋ ਤਾਂ ਮੈਂ ਉਸ ਹਵੇਲੀ ਦੇ ਲਾਗੇ ਜਾਣ ਦਾ ਹਿਅਾ ਵੀ ਨਹੀਂ ਕਰ ਸਕਦੀ ਸਾਗਰ ਨੇ ਦੇਖਿਆ ਸੋਮਾ ਦੀਆਂ ਅੱਖਾਂ 'ਚ ਇੱਕ ਡਰ ਦੀ ਲਹਿਰ ਦੌੜ ਗਈ ਉਹ ਗੰਭੀਰ ਹੋ ਗਈ ਸાગਰ ਨੂੰ ਸੋਮਾ ਦੀ ਕਮਜ਼ੋਰੀ ਜਾਣ ਕੇ ਕੁਝ ਹੌਸਲਾ ਜਿਹਾ ਹੋ ਗਿਆ ਉਹ ਬੁੱਲਾਂ 'ਚ ਹੱਸਣ ਲੱਗਾ ਮੈਂ ਤਾਂ ਡੇਢ ਸਾਲ 'ਚ ਕਿਸੇ ਦਿਨ ਵੀ ਭੂਤ ਨਹੀਂ ਵੇਖਿਆ ਸਾਗਰ ਨੇ ਕਿਹਾ ਮੈਂ ਉੱਪਰ ਲਬਲਬ ਥੱਕ ਗਈਆਂ ਤੇ ਬੀਬੀ ਰਾਣੀ ਇੱਧਰ ਚਾਹ ਨੂੰ ਕਲਾਵੇ ਪਰ ਰਹੀ ਐ ਜਿਵੇਂ ਚਾਹ ਦੇਖੀ ਨਹੀਂ ਕਦੀ ਪ੍ਰਵੀਨ ਨੇ ਮੇਜ਼ ਕੋਲ ਆ ਕੇ ਜ਼ਰਾ ਗੁੱਸੇ ਨਾਲ ਕਿਹਾ ਸਾਗਰ ਨੇ ਪ੍ਰਵੀਨ ਨੂੰ ਦੇਖਿਆ ਤੇ ਦੋਵੇਂ ਹੱਥ ਜੋੜ ਕੇ ਸੱਸੀ ਕਾਲ ਬੁਲਾਈ ਪ੍ਰਵੀਨ ਨੇ ਉਹਦਾ ਉੱਤਰ ਦਿੰਦਿਆਂ ਕਿਹਾ ਤੁਸੀਂ ਕਦੋਂ ਕਾਵੇ ਮੈਂ ਸਮਝਿਆ ਤੁਸੀਂ ਹਲਾ ਹੀ ਨਹੀਂ ਕੀ ਤੱਕ ਕਦੋਂ ਦੇ ਆਏ ਹੋਏ ਨੇ ਤੇ ਕਮਰੇ ਚ ਮੀਮ ਸਾਹਿਬ ਨੂੰ ਡੀਕਦੇ ਬੋਰ ਹੋ ਰਹੇ ਸੀ ਪਰ ਤੈਨੂੰ ਵੇਲ ਕਿੱਥੇ ਗੁਰਮੀਤ ਜੀ ਤੈਨੂੰ ਛੱਡਦੇ ਤਾਂ ਹੀ ਕਿਸੇ ਦੀ ਸਾਰ ਲੈਂਦੀ ਪਰ ਤੂੰ ਤਾਂ ਉਹਨੂੰ ਲਸੂੜੇ ਦੀ ਗਿਟਕ ਵਾਂਗ ਚੰਮੜੀ ਹੋਈ ਸੀ ਤੈਨੂੰ ਸਭੋਂ ਮੇਰਾ ਧੰਨਵਾਦ ਕਰਨਾ ਚਾਹੀਦਾ ਨਹੀਂ ਤਾਂ ਇਹਨਾਂ ਨੇ ਹੁਣ ਨੂੰ ਚਲੇ ਜਾਣਾ ਸੀ 소ਮਾ ਨੇ ਸੁਣਾਇਆ ਸਾਗਰ ਨੇ ਪ੍ਰਵੀਨ ਦੇ ਚਿਹਰੇ ਤੇ ਇੱਕ ਚਿੰਤਾ ਦੀ ਲਹਿਰ ਉੱਭਰਦੀ ਵੇਖੀ ਪਰ ਪ੍ਰਵੀਨ ਨੇ ਛੇਤੀ ਉੱਤੇ ਕਾਬੂ ਪਾ ਲਿਆ 소ਮਾ ਤੈਨੂੰ ਤਾਂ ਰੱਬ ਜ਼ਬਾਨ ਦੇ ਕੇ ਪਛਤਾਇਆ ਹੋਣਾ ਹੈ ਕੋਲ ਪਈ ਕੁਰਸੀ ਤੇ ਬੈਠਦੀ ਹੋਈ ਪ੍ਰਵੀਨ ਕਹਿਣ ਲੱਗੀ ਕਿਉਂ ਇਹ ਸੱਚ ਬੋਲਦੀ ਏ ਇਸ ਕਰਕੇ ਨਹੀਂ ਇਸ ਲਈ ਕਿ ਤੈਨੂੰ ਇਹਦੀ ਲੋੜ ਨਹੀਂ ਸੀ ਇਹ ਤੂੰ ਬਿਨਾਂ ਵੀ ਤੂੰ ਸਧਾਰਨ ਕੁੜੀਆਂ ਜਿੰਨਾ ਬੋਲ ਸਕਦੀ ਸੀ ਤੇਰਾ ਖਿਆਲ ਚ ਹੁਣ ਮੈਂ ਅਸਾਧਾਰਨ ਬੋਲਦੀ ਹਾਂ ਹੋਰ ਕੀ ਸਾਰਾ ਦਿਨ ਕੁੱਤਰ-ਕੁੱਤਰ ਤੇਰੀ ਜ਼ੁਬਾਨ ਚੱਲਦੀ ਰਹਿੰਦੀ ਏ ਪਤਾ ਨਹੀਂ ਤੇਰਾ ਸਿਰ ਕਾਦਾ ਬਣਿਆ ਹੋਇਆ ਹੈ ਅੱਛਾ ਚਾਹ ਜਲਦੀ ਮੁਕਾ ਉਧਰ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਸਾਗਰ ਕਦੇ ਪ੍ਰਵੀਨ ਵੱਲ ਤੇ ਕਦੇ ਸੋਮਾ ਵੱਲ ਵੇਖਦਾ ਰਿਹਾ ਪਰਵਿੰਨ ਜੀ ਨਰਾਜ਼ ਕਿ ਹੁੰਦੇ ਆ ਤੁਹਾਡੇ ਲਈ ਵੀ ਇੱਕ ਚੱਪ ਇੱਕ ਚਾਹ ਦਾ ਕੱਪ ਲੈ ਆਉਣੀ ਆ ਘੜੀਵਲ ਦੇਖ ਕੇ ਨਹੀਂ ਇੰਨਾ ਟਾਈਮ ਨਹੀਂ ਉਧਰ ਤੇਰਾ ਭਰਾ ਮੇਕਅਪ ਦਾ ਸਮਾਨ ਚੁੱਕ ਕੇ ਫਿਰਦਾ ਸੋਮਾ ਨੇ ਕੱਪ ਖਾਲੀ ਕਰ ਦਿੱਤਾ ਸਾਗਰ ਤਾਂ ਪਹਿਲਾਂ ਹੀ ਚਾਹ ਮੁਕਾ ਚੁੱਕਾ ਸੀ ਤਿੰਨੇ ਕੈਂਟੀਨ ਵਿੱਚੋਂ ਬਾਹਰ ਆ ਗਏ ਧੰਨਵਾਦ ਚੱਲਦਾ